ਆਨਲਾਈਨ ਲੁਧਿਆਣਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿ ਸ਼੍ਰੀ ਅਕਾਲ ਦੋਸਤੋ। ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਪਿੰਡ ਸ਼ਹੀਦ ਭਗਤ ਸਿੰਘ ਨਗਰ ਵਿਖੇ। ਇਸ ਕੈਂਪ 'ਚ 400 ਤੋਂ ਵੱਧ ਲੋਕਾਂ ਦਾ ਚੈੱਕਅਪ ਕੀਤਾ ਗਿਆ ਡਾਕਟਰਾਂ ਵੱਲੋਂ। ਇਸ ਕੈਂਪ ਦੇ ਵਿੱਚ ਡਾਕਟਰਾਂ, ਮੌਜੂਦਾ ਸਰਪੰਚ ਤੇ ਹੋਰ ਸੰਸਥਾਵਾਂ ਵੀ ਮੌਜੂਦ ਰਹੀਆਂ। ਉਹਨਾਂ ਦਾ ਕੀ ਕਹਿਣਾ ਸੀਗਾ ਇਸ ਕੈਂਪ ਬਾਰੇ, ਆਓ ਜਾਣਦੇ ਹਾਂ। ਇਸ ਕੈਂਪ ਦੇ ਵਿੱਚ ਜਿਹੜੀਆਂ ਵੀ ਨੋਨ ਕਮਿਊਨੀਕੇਬਲ ਡਿਜ਼ੀਜ਼ ਹੈਗੀਆਂ ਉਹਨਾਂ ਦੀ ਸਕਰੀਨਿੰਗ ਕੀਤੀ ਜਾਣੀ ਹੈ। ਇਹਦੇ ਵਿੱਚ ਜਿਹੜੀਆਂ ਮੇਨ ਡਿਜ਼ੀਜ਼ ਹੈ, ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ ਅਤੇ ਕੈਂਸਰ ਦੀਆਂ ਬਿਮਾਰੀਆਂ ਦਾ ਜਿਹੜਾ ਹੈਗਾ ਪੇਸ਼ੈਂਟਸ ਨੂੰ ਸਕਰੀਨਿੰਗ ਕੀਤੀ ਜਾਣੀ ਹੈ। ਫਿਰ ਇਹਨਾਂ ਪੇਸ਼ੈਂਟਸ ਦਾ ਜਿਹੜਾ ਹੈਗਾ ਇਲਾਜ ਹੈ ਜਿਹੜਾ ਹੈਗਾ ਡਿਫਰੈਂਟ ਹੋਸਪਿਟਲ 'ਚ ਕੀਤਾ ਜਾਣਾ। ਇਲਾਜ ਫ੍ਰੀ ਹੈ ਜੀ? ਇਹ ਇਲਾਜ ਫ੍ਰੀ ਹੈ। ਇਹ ਸਾਡੀਆਂ ਜਿਹੜੀਆਂ ਸਰਕਾਰੀ ਸੰਸਥਾਵਾਂ ਦੇ ਵਿੱਚ ਇਲਾਜ ਫ੍ਰੀ ਹੈ। ਧਾਂਦਰਾ ਰੋਡ ਜ਼ਿਲ੍ਹੇ ਲੁਧਿਆਣਾ ਦੇ ਵਿੱਚ ਇੱਕ ਮੈਡੀਕਲ ਕੈਂਪ ਦਾ ਉਪਰਾਲਾ ਅਤੇ ਸੰਬੰਧਿਤ ਗਰੁੱਪ ਦੇ ਸਹਿਯੋਗ ਨਾਲ ਸਾਡੇ ਵਾਰਡ ਦੇ ਮੈਂਬਰ ਬਿੰਦਰ ਸਿੰਘ ਦੀ ਰਹਿਨੁਮਾਈ ਹੇਠ ਜਿਹੜਾ ਇਹ ਲਗਾਇਆ ਗਿਆ। ਅਤੇ ਮੈਂ ਸਮਝਦਾ ਕਿ ਇਹ ਨਗਰ ਦੇ ਲੋਕਾਂ ਨੂੰ ਬਹੁਤ ਹੀ ਇਹਦਾ ਫਾਇਦਾ ਮਿਲਿਆ ਆ, ਜਿਹਦੇ ਵਿੱਚ ਹੁਣ ਤੱਕ 1 ਵਜਿਆ ਆ, ਅੱਧੇ ਦਿਨ ਦੇ ਵਿੱਚ 200 ਤੋਂ ਵੱਧ ਇੱਥੇ ਆਪਣਾ ਮਰੀਜ਼ ਇਹਦਾ ਫਾਇਦਾ ਲੈ ਚੁੱਕੇ ਆ। ਅਤੇ ਸ਼ਾਮ ਤੱਕ ਮੈਂ ਸਮਝਦਾ ਸਾਡੇ ਨਗਰ ਦੇ ਵਾਸੀਆਂ ਨੂੰ ਬਹੁਤ ਇਹਦਾ ਫਾਇਦਾ ਮਿਲੇਗਾ। ਇਹਦੇ ਵਿੱਚ ਫ੍ਰੀ ਔਫ ਕੋਸਟ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ, ਚੈੱਕਅਪ ਵੀ ਕੀਤਾ ਜਾ ਰਿਹਾ। ਅਤੇ ਮੈਂ ਬਹੁਤ ਹੀ ਧੰਨਵਾਦੀ ਹਾਂ ਦਸਵੰਧ ਗਰੁੱਪ ਦਾ ਅਤੇ ਨਾਲ ਇਹਨਾਂ ਦੀ ਟੀਮ ਦਾ, ਇੰਦਰ ਜੀ ਦਾ, ਸੰਪ੍ਰੀਤ ਜੀ ਦਾ ਅਤੇ ਸਾਡੇ ਜਿਹੜੇ ਮੀਡੀਆ ਜਿੰਨਾ ਇੱਥੇ ਸਾਡੇ ਅਜਾਏ ਨੇ ਪਹਿਰੇਦਾਰ ਅਖਬਾਰ ਤੋਂ, ਅਜੀਤ ਅਖਬਾਰ ਤੋਂ ਅਤੇ ਸਾਡੇ ਜਿਹੜੇ ਆਨਲਾਈਨ ਲੁਧਿਆਣਾ ਤੋਂ, ਇਹਨਾਂ ਦਾ ਵੀ ਮੈਂ ਬੜਾ ਧੰਨਵਾਦੀ ਹਾਂ। ਅਤੇ ਮੈਂ ਦਸਵੰਧ ਗਰੁੱਪ ਨੂੰ ਇਸਦਾ ਧੰਨਵਾਦ ਦਿੰਦਾ ਹਾਂ ਕਿ ਇਹ ਸਾਰਾ ਕ੍ਰੈਡਿਟ ਜਿਹੜਾ ਦਸਵੰਧ ਗਰੁੱਪ ਨੂੰ ਜਾਂਦਾ ਆ। ਅਤੇ ਮੈਂ ਇਹਨਾਂ ਤੋਂ ਗੁਜ਼ਾਰਿਸ਼ ਕਰਦਾ ਕਿ ਇੱਦਾਂ ਦੇ ਉਪਰਾਲੇ ਹੋਰ ਕਰਦੇ ਰਹਿਣ ਤਾਂ ਕਿ ਸਾਡੇ ਨਗਰ ਦੇ ਲੋਕਾਂ ਨੂੰ ਇਹਦਾ ਫਾਇਦਾ ਮਿਲ ਸਕੇ। ਸਰਪੰਚ ਸਾਹਿਬ, ਜਿਹੜਾ ਇਹ ਕੈਂਪ ਲਾਇਆ, ਕੀ ਇੱਥੇ ਅੱਜ ਦੀ ਦਵਾਈਆਂ ਤੱਕ ਸੀਮਤ ਆ ਵੀ ਅੱਗੇ ਵੀ ਇਹਨਾਂ ਮਰੀਜ਼ਾਂ ਦਾ ਜਾਂਚ ਕੀਤੀ ਜਾਊਗੀ? ਇਹਨਾਂ ਮਰੀਜ਼ਾਂ ਦੀ ਅੱਗੇ ਵੀ ਜਾਂਚ ਕੀਤੀ ਜਾਊਗੀ। ਜਿਹੜੇ ਮਰੀਜ਼ਾਂ ਦਾ ਸਾਨੂੰ ਪਤਾ ਲੱਗੇਗਾ, ਡਾਕਟਰ ਸਾਹਿਬ ਨਾਲ ਸਾਡੀ ਗੱਲ ਹੋਈ ਆ, ਉਹ ਕਹਿੰਦੇ ਵੀ ਉਹਨਾਂ ਦਾ ਫ੍ਰੀ ਇਲਾਜ, ਜੇ ਕਿਤੇ ਕੋਈ ਹੋਸਪਿਟਲ ਦੇ ਵਿੱਚ ਵੀ ਲਿਜਾਣਾ ਪਿਆ ਤਾਂ ਉਹਨਾਂ ਦਾ ਫ੍ਰੀ ਆਫ ਕੋਸਟ ਇਲਾਜ ਹੋਏਗਾ ਅਤੇ ਉਹਨਾਂ ਦਾ ਦਵਾਈ ਦਾ ਖਰਚਾ ਵੀ ਫ੍ਰੀ ਹੋਏਗਾ। ਓਕੇ, ਥੈਂਕ ਯੂ। ਸਾਰਿਆਂ ਪਹਿਲਾਂ ਮੈਂ ਦਸਵੰਧ ਗਰੁੱਪ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨੀ ਫ੍ਰੀ ਮੈਡੀਕਲ ਕੈਂਪ ਇੱਥੇ ਲਾਇਆ। ਉਸ ਤੋਂ ਬਾਅਦ ਸਾਡੇ ਪੰਚਾਇਤ ਮੈਂਬਰ ਬਿੰਦਰ ਜੀ ਅਤੇ ਆਨਲਾਈਨ ਲੁਧਿਆਣਾ ਦੇ ਸੰਪ੍ਰੀਤ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਸਾਡੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਫ੍ਰੀ ਔਫ ਕੋਸਟ ਫ੍ਰੀ ਮੈਡੀਕਲ ਕੈਂਪ ਲਗਾਇਆ। ਅੱਜ ਦੇ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ ਵਿੱਚ ਅਸੀਂ ਗੁਰਦੁਆਰਾ ਸਾਹਿਬ ਵਿੱਚ ਕੈਂਪ ਦਾ ਆਯੋਜਨ ਕੀਤਾ ਅਤੇ ਇਹਦੇ ਵਿੱਚ ਅੱਜ 200 ਤੋਂ ਵੱਧ ਮਰੀਜ਼ ਦੇਖੇ ਜਾ ਚੁੱਕੇ ਹੈ। ਮੈਂ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦਾ ਕਰੂੰਗਾ ਜਿਨ੍ਹਾਂ ਨੇ ਇੱਥੇ ਆ ਕੇ ਲੋਕਾਂ ਦਾ ਵੀ ਚੈੱਕਅਪ ਕੀਤਾ ਅਤੇ ਫ੍ਰੀ ਦਵਾਈਆਂ ਬਾਰੇ ਸਾਰਿਆਂ ਨੂੰ ਵੰਡੇ। ਠੀਕ ਹੈ, ਉਸ ਤੋਂ ਬਾਅਦ ਮੈਂ ਆਏ ਹੋਏ ਸਾਰੇ ਸਾਡੇ ਸਰਪੰਚ ਸਾਹਿਬ ਰਾਜਾ ਜੀ, ਸਾਡੇ ਦਸਵੰਧ ਗਰੁੱਪ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਸਹਿਯੋਗ ਕੀਤਾ। ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਡਾਕਟਰ ਚਰਨ ਸਿੰਘ ਜੀ, ਇਹਨਾਂ ਦਾ ਵੀ ਮੈਂ ਸਭ ਦਾ ਧੰਨਵਾਦ ਕਰਦਾ ਅਤੇ ਸਾਡੇ ਨਾਲ ਹਰ ਕੰਮ ਵਿੱਚ ਖੜ੍ਹਦੇ ਆ। ਅਤੇ ਅੱਗੇ ਤੋਂ ਮੈਂ ਆਸ ਕਰਦਾ ਕਿ ਸਾਰੇ ਜਾਣੇ ਕਿਸੇ ਤਰ੍ਹਾਂ ਸਾਡੇ ਗਰੁੱਪ ਦੇ ਨਾਲ ਦਸਵੰਧ ਗਰੁੱਪ ਨਾਲ ਖੜ੍ਹਨ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਮਦਦ ਕਰਨ। ਧੰਨਵਾਦ। ਹੋਰ ਅਪਡੇਟ ਲਈ ਸਬਸਕ੍ਰਾਈਬ ਕਰ ਲਓ ਚੈਨਲ ਆਨਲਾਈਨ ਲੁਧਿਆਣਾ। ਧੰਨਵਾਦ ਦੋਸਤੋ।